ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਖਾਸ ਖਾਸ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ ਜੀ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਭਾਸਕਰ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਜੀ ਧੰਨਵਾਦ। ਅਤੇ ਹੁਣ ਰੁੱਖ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਵੱਲ। ਪੂਰੇ ਉੱਤਰ ਭਾਰਤ ਦੇ ਵਿੱਚ ਲਗਾਤਾਰ ਮੀਂਹ ਨੇ ਲੋਕਾਂ ਦੀ ਜ਼ਿੰਦਗੀ ਜਲ ਥਲ ਕੀਤੀ ਹੋਈ ਹੈ। ਲਗਾਤਾਰ ਪੂਰੇ ਉੱਤਰ ਭਾਰਤ ਦੇ ਵਿੱਚ ਮੀਂਹ ਦੇ ਕਾਰਨ ਕੁਝ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਪੰਜਾਬ ਦੀ ਗੱਲ ਕਰੀਏ ਤਾਂ ਭਾਖੜਾ ਦੇ ਗੇਟ ਖੋਲ੍ਹ ਦਿੱਤੇ ਨੇ, ਜਿਸ ਦੇ ਕਾਰਨ ਸਤਲੁਜ ਦਰਿਆ ਦਾ ਪਾਣੀ ਦੇ ਵਿੱਚ ਜਿਹੜਾ ਸਤਲੁਜ ਦਰਿਆ ਦਾ ਪਾਣੀ ਉਸਦਾ ਵੀ ਪੱਧਰ ਵਧਿਆ ਹੋਇਆ। ਲਗਾਤਾਰ ਪਾਣੀ ਦਾ ਪੱਧਰ ਵਧਿਆ ਹੋਇਆ, ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬੇਹਾਲ ਹੋਈ ਪਈ ਹੈ ਅਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਹਾਈ ਅਲਰਟ ਵੀ ਜਾਰੀ ਕੀਤਾ ਹੋਇਆ। ਕੀ ਕਹਿਣਾ ਚਾਹੁੰਦੇ ਹੋ? ਹਾਲਾਂਕਿ ਤੁਸੀਂ ਇਸ ਮੌਨਸੂਨ ਸੀਜ਼ਨ ਦੇ ਵਿੱਚ ਜੀ ਜਦ ਤੁਸੀਂ ਪੂਰੇ ਦੇਸ਼ ਦੀ ਤਸਵੀਰ ਨੂੰ ਦੇਖੋ ਤਾਂ ਮੱਧ ਪ੍ਰਦੇਸ਼ ਦੇ ਵਿੱਚ ਔਰ ਯੂਪੀ ਦੇ ਵਿੱਚ ਕਈ ਜਗ੍ਹਾ ਤੁਹਾਨੂੰ ਦੇਖਣ ਨੂੰ ਮਿਲਦਾ ਹੋਏਗਾ ਕਿ ਕਿੱਥੇ ਲੋਕ ਪਾਰ ਕਰ ਰਹੇ ਨੇ ਨਦੀ ਰੱਸੀ ਦੇ ਸਹਾਰੇ, ਬਿਲਕੁਲ ਕਿੱਥੇ ਘਰ ਸਾਰੇ ਤਕਰੀਬਨ ਡੁੱਬੇ ਹੋਏ ਨੇ। ਇੱਥੇ ਤੱਕ ਕਿ NDRF ਨੂੰ ਉੱਥੇ ਲਾਇਆ ਗਿਆ ਔਰ NDRF ਨੇ ਕਾਫੀ ਲੋਕਾਂ ਨੂੰ ਇਸ ਗੱਲ ਤੋਂ ਜਾਂ ਪਾਣੀ ਤੋਂ ਕੱਢਿਆ ਵੀ ਬਚਾਇਆ ਵੀ ਹੈਗਾ। ਹੁਣ ਗੱਲ ਪੰਜਾਬ ਦੀ ਹੈਗੀ ਹੈ। ਪੰਜਾਬ ਦੇ ਵਿੱਚ ਜਿਹੜਾ ਪਾਣੀ ਆਉਂਦਾ ਹੈ ਖਾਸ ਕਰਕੇ ਨਦੀਆਂ ਦੇ ਵਿੱਚ, ਉਹ ਹਿਮਾਚਲ ਤੋਂ ਆਉਂਦਾ। ਹਿਮਾਚਲ ਦੇ ਵਿੱਚ ਭਾਵੇਂ ਭਾਖੜਾ ਡੈਮ ਹੋਏ, ਪੌਂਗ ਡੈਮ ਹੋਏ ਜਾਂ ਪੰਡੋ ਡੈਮ, ਸਾਰਿਆਂ ਦੇ ਵਿੱਚ ਪਾਣੀ ਡੇਂਜਰ ਲੈਵਲ ਤੋਂ ਉੱਤੇ ਵਹਿ ਰਿਹਾ। ਔਰ ਜਿਹੜਾ ਮੌਸਮ ਵਿਭਾਗ ਦਾ ਅਲਰਟ ਵੀ ਹੈਗਾ ਅਤੇ ਅਗਲੇ 72 ਘੰਟੇ ਦੇ ਵਿੱਚ, ਯਾਨੀ 24 ਘੰਟੇ ਤਾਂ ਹੋ ਗਏ, 72 ਘੰਟੇ ਦੇ ਵਿੱਚ ਬੜੀ ਭਾਰੀ ਵਰਖਾ ਹੋ ਸਕਦੀ ਹੈ। ਕਾਂਗੜਾ ਦੇ ਵਿੱਚ ਕਈ ਰਸਤੇ ਰੁਕੇ ਹੋਏ ਨੇ, ਹਿਮਾਚਲ ਦੇ ਕਈ ਨੈਸ਼ਨਲ ਹਾਈਵੇ ਦੇ ਵੀ ਬਲੋਕ ਹੋਏ ਹੋਏ ਨੇ ਲੈਂਡਸਲਾਈਡਿੰਗ ਦੇ ਕਾਰਨ। ਹੁਣ ਇੱਦਾਂ ਦੇ ਹਾਲਾਤ ਵਿੱਚ ਜਿਸ ਤਰ੍ਹਾਂ ਕਿ ਭਾਖੜਾ ਡੈਮ ਤੋਂ ਪਾਣੀ ਪਹਿਲੇ ਹੀ ਛੱਡਿਆ ਜਾ ਚੁੱਕਿਆ, ਹੁਣੇ ਤੱਕ ਪੰਜਾਬ ਪਹੁੰਚਿਆ ਨਹੀਂ ਹੈ, ਬਿਲਕੁਲ, ਪਰ ਜਦੋਂ ਇਹ ਪੰਜਾਬ ਪਹੁੰਚੇਗਾ ਔਰ ਪੰਜਾਬ ਦੇ ਵਿੱਚ ਸਤਲੁਜ ਨਦੀ ਜਾਂ ਬਿਆਸ ਨਦੀ ਆਲਰੇਡੀ ਡੇਂਜਰ ਲੈਵਲ ਤੋਂ ਉੱਤੇ ਆ ਚੁੱਕੀ ਹੈ, ਮੈਨੂੰ ਇਹ ਲੱਗਦਾ ਕਿ ਹੜ੍ਹ ਵਾਸਤੇ ਪੂਰਾ ਇੰਤਜ਼ਾਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ, ਸਰਕਾਰ ਨੇ ਵੀ ਸਾਰੇ ਡਿਪਟੀ ਕਮਿਸ਼ਨਰ ਨੂੰ ਹਿਦਾਇਤ ਦਿੱਤੀ ਹੈ ਕਿ ਹਰ ਤਰੀਕੇ ਦੇ ਇੰਤਜ਼ਾਮ ਨਾਲ ਤੁਸੀਂ ਰੈਡੀ ਰਹੋ ਤਾਂ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਾ ਆਏ ਔਰ ਲੋਕਾਂ ਨੂੰ ਪਾਣੀ ਆਉਣ ਤੋਂ ਪਹਿਲੇ, ਹੜ੍ਹ ਆਉਣ ਤੋਂ ਪਹਿਲੇ ਬਾਹਰ ਕੱਢਿਆ ਜਾ ਸਕੇ। ਇਹ ਇੰਤਜ਼ਾਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੀਤੇ ਤਾਂ ਹੈਗੇ ਨੇ, ਪਰ ਜਦ ਵੀ ਉਹ ਸਥਿਤੀ ਤੋਂ ਨਿਪਟਣ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਹਰ ਇੰਤਜ਼ਾਮ ਤਰੇ ਦੇ ਤਰੇ ਰਹਿ ਜਾਂਦੇ ਨੇ। ਉਮੀਦ ਕਰਦੇ ਹਾਂ ਕਿ ਜਿਹੜੇ ਇੰਤਜ਼ਾਮ ਐਤਕੀ ਪ੍ਰਸ਼ਾਸਨ ਨੇ ਕੀਤੇ ਹੋਏ ਨੇ ਹੜ੍ਹ ਦੀ ਸਥਿਤੀ ਤੋਂ ਨਿਪਟਣ ਵਾਸਤੇ, ਉਹ ਜਦ ਲੋੜ ਪਏ ਤਾਂ ਉੱਥੇ ਕੰਮ ਆਉਣ। ਪਰ ਫਿਲਹਾਲ ਸਥਿਤੀ ਬੜੀ ਗੰਭੀਰ ਹੈਗੀ ਹੈ। ਪੰਜਾਬ ਦੇ ਵਿੱਚ ਹੜ੍ਹ ਆਉਣ ਦੇ ਚਾਂਸਿਸ ਕਾਫੀ ਜ਼ਿਆਦਾ ਹੈਗੇ ਹੈ ਔਰ ਖਾਸ ਕਰਕੇ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖੋ ਤਾਂ ਕਾਫੀ ਸਾਰੇ ਪਿੰਡ ਆਲਰੇਡੀ ਪਾਣੀ ਦੇ ਪਾਣੀ ਉੱਥੇ ਕਾਫੀ ਜ਼ਿਆਦਾ ਕਈ ਘਰਾਂ ਦੇ ਵਿੱਚ ਜਾਂ ਕਈ ਪਿੰਡਾਂ ਦੇ ਵਿੱਚ ਤਾਂ ਪਾਣੀ ਆਲਰੇਡੀ ਆ ਚੁੱਕਿਆ ਹੈ। ਪਰ ਜੇ ਕਰੀਏ ਗੱਲ ਜਲੰਧਰ ਦੀ, ਜੇ ਜਲੰਧਰ ਦੇ ਵਿੱਚ 83-84 ਦੇ ਵਿੱਚ ਇੱਕ ਵਾਰ ਬਾੜ ਜ਼ਰੂਰ ਆਈ ਸੀ ਔਰ ਇਸ ਟਾਈਮ ਵੀ ਇੱਦਾਂ ਦੀ ਸਥਿਤੀ ਬਣੀ ਹੋਈ ਹੈ ਕਿ ਅਗਰ ਭਾਖੜਾ ਤੋਂ ਪਾਣੀ ਹੋਰ ਛੱਡਿਆ ਗਿਆ ਤਾਂ ਜਲੰਧਰ ਦੇ ਵਿੱਚ ਵੀ ਉਹ ਸਥਿਤੀ ਉਤਪੰਨ ਹੋ ਸਕਦੀ ਹੈ ਕਿ ਇੱਥੇ ਵੀ ਬਾੜ ਆ ਜਾਏ। ਪਰ ਭਾਸਕਰ ਜੀ, ਇਸ ਦੇ ਨਾਲ ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਸਤਲੁਜ ਦਰਿਆ ਦਾ ਪਾਣੀ ਲੋਕਾਂ ਦੇ ਖੇਤਾਂ ਦੇ ਵਿੱਚ ਦਾਖਲ ਹੋ ਰਿਹਾ ਹੈ, ਲੋਕਾਂ ਦੇ ਵੱਲੋਂ ਪਹਿਲਾਂ ਵੀ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਸੀਗੀ ਕਿ ਇਸ ਮਾਮਲੇ ਨੂੰ ਲੈ ਕੇ ਚੰਗੇ ਬੰਨ੍ਹ ਬਣਾਏ ਜਾਣ, ਪਾਣੀ ਦੇ ਪੱਧਰ ਨੂੰ ਲੈ ਕੇ ਪਿੰਡਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਜਾਵੇ, ਪਰ ਇਸ ਲੋਕਾਂ ਦੇ ਇਲਜ਼ਾਮ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ, ਜਿਸ ਤੋਂ ਬਾਅਦ ਇਹ ਪਾਣੀ ਜਿਹੜਾ ਹੈ ਖੇਤਾਂ ਦੇ ਵਿੱਚ ਦਾਖਲ ਹੋਇਆ। ਹਰ ਵਾਰ ਪਾਣੀ ਦਾਖਲ ਹੁੰਦਾ ਜਿਸ ਦੇ ਨਾਲ ਲੋਕਾਂ ਦੀ ਫਸਲ ਖਰਾਬ ਹੁੰਦੀ ਹੈ, ਹੁਣ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ, ਕਿਤੇ ਨਾ ਕਿਤੇ ਵੱਡਾ ਨੁਕਸਾਨ ਵੀ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ ਪਾਣੀ ਦੇ ਕਾਰਨ। ਮੌਨਸੂਨ ਤੋਂ ਪਹਿਲੇ ਤਕਰੀਬਨ ਪੂਰੇ ਦੇਸ਼ ਦੇ ਵਿੱਚ ਇੱਦਾਂ ਦੇ ਐਲਾਨ ਕੀਤੇ ਜਾਂਦੇ ਨੇ ਕਿ ਭਾਵੇਂ ਉਹ ਮੁੰਬਈ ਜਿਹੜੀ ਕਾਰਪੋਰੇਸ਼ਨ ਹੈਗੀ ਹੈ ਜਾਂ ਕਿਸੇ ਵੀ ਜ਼ਿਲ੍ਹੇ ਦੀ ਕੋਈ ਵੀ ਅਥਾਰਟੀ, ਹਮੇਸ਼ਾ ਇਹੀ ਗੱਲ ਐਲਾਨੀ ਜਾਂਦੀ ਹੈ ਕਿ ਅਸੀਂ ਕਿਸੇ ਵੀ ਸਥਿਤੀ ਤੋਂ ਨਿਪਟਣ ਵਾਸਤੇ ਤਿਆਰ ਹਾਂ। ਪਰ ਜਿੱਦਾਂ ਮੈਂ ਪਹਿਲੇ ਵੀ ਕਿਹਾ ਕਿ ਜਦ ਉਹ ਸਥਿਤੀ ਆਉਂਦੀ ਹੈ ਤਦ ਸਾਰੇ ਇੰਤਜ਼ਾਮ ਪਤਾ ਨਹੀਂ ਕਿੱਥੇ ਪਏ ਰਹਿੰਦੇ ਨੇ ਔਰ ਕੰਮ ਨਹੀਂ ਆਉਂਦੇ, ਪਰ ਫਿਰ ਵੀ ਇੰਤਜ਼ਾਮਾਂ ਦਾ ਹੋਣਾ ਔਰ ਖਾਸ ਕਰਕੇ ਬੰਦ ਦੀ ਗੱਲ ਜਿਹੜੀ ਕੀਤੀ ਉਹ ਅਕਸਰ ਕਾਫੀ ਟਾਈਮ 'ਤੇ ਇਹ ਦੇਖਿਆ ਗਿਆ ਹੈ ਕਿ ਜਦ ਸਥਿਤੀ ਤੋਂ ਨਿਪਟਣ ਦੀ ਗੱਲ ਆਉਂਦੀ ਹੈ
बंद बनाए जाते हैं तो सब तो पहले वह बंद ही बह जाते हैं। खैर सड़कां भी इस तो पहला भी जो मीह पिया तो बठिंडा दे विच भी हालात माड़े सन, हर पासे जिहड़ा पानी दे नाल सड़कां भी डुबियां हुई सन, कितना कितने प्रशासन के उत्ते सवाल भी लोगों के वलों खड़े किए जाते रहे। हालांकि उत्थे विरोधी पार्टियां भी एक दूजे के आमो सामने हो गई सन उस वक्त, तो हुण हालात उस तो होर ज़्यादा गंभीर बने हुए हैं। जी सड़कों ते पानी की गल करिए, हुण एक चंडीगढ़ एक प्लैन सिटी आपां कहिंदे आ सब तो वधिया प्लैन तरीके नाल बनी हुई सिटी हैगी है, उत्थे आ पानी की प्रॉब्लम बहुती नहीं आती, पर उत्थे भी हुण पानी की प्रॉब्लम यानी वाटर लॉगिंग की प्रॉब्लम आ रही है। जिहड़ी नवीआं कलोनियां जिलिआं दे विच बन रही है उहदे विच भी प्रॉपर वाटर हार्वेस्टिंग सिस्टम ना लगना, यानी एक गुजरात वाली साइड जाओ तो उत्थे कोई भी नवी सोसाइटी या नवी कलोनी बनती है उत्थे वाटर हार्वेस्टिंग सिस्टम नू लाना उस बिल्डर वास्ते लाजमी होंदा है। पंजाब दे केस विच हजे बड़ी कोताही वरती जा रही है, जे हजे भी असी नहीं जागे और यह वाटर हार्वेस्टिंग सिस्टम या पानी दे निकास दे प्रॉपर सिस्टम इंस्टॉल करन वास्ते असी एक रूल नहीं बनाया तो आने वाले टाइम में यह प्रॉब्लम साढ़े वास्ते होर भी वध सकती है। जदों भी इदां दी स्थिति आती है उहदे वास्ते असी आप जिम्मेवार होंदे हां। सरकारां कहिंदियां जरूर हैं कि असी किसी भी स्थिति नूं निपटन वास्ते तैयार हाँ, पर जिदा मैं पहले भी कहा कि सिचुएशन आती है तो वो सरकारां दे सारे इंतजाम फेल साबित होंदे। जी बिल्कुल, उधर कश्मीर दे विच लगाईआं होईआं सरकार दे वल्लों जिहड़ियां पाबंदियां लगाईआं होईआं सन उस दे विच ढिल दित्ती गई है, तो जम्मू दे विच पंज जिलिआं दे विच जिहड़ीआं इंटरनैट सेवावां भी बहाल कर दित्तीआं ने। हालांकि अज तों कश्मीर दे विच कितें जिहड़े स्कूल भी खुल्लणगे, तो सरकार का दावा हैगा कि जो कश्मीर दे विच स्थिति बनी हुई सी उस दे विच सुधार आया, पहलां दे नालों स्थिति पहलां दे नालों दुरुस्त होई हैगी है, की लग रहा? देखो आर्टिकल 370 का हटाया जाना यह एक इदां दा इतिहासिक कदम है जो कि कोई भी इलैक्टेड गौरमेंट अज तो पहले यानी 70 साल तो पहले इस गल नूं करन दे विच कामयाब नहीं हो पाई, पर भाजपा नूं एक वड्डा बहुमत 2019 दे इलैक्शन दे मिलिआ और दो महीनियां दे विच ही इन्ना वड्डा उन्होंने एक फैसला लिता। उस फैसले लैन तो बाद हुण एक होर चुनौती खड़ी हुई है कि जम्मू एंड कश्मीर दे विच हालात नूं सुधारना और उत्थे एक नॉर्मल लाइफ जीन वास्ते एक एटमोसफेयर क्रिएट करना जी, उहदे वास्ते लगातार कोशिशां हो रही हैं। कश्मीर दे विच जिद्दां तुसीं कहा कि इंटरनेट सेवा और फोन दी सुविधा वो सस्पेंडेड सीगी, पर लैंडलाइन फोन तकरीबन 50% तो वध उत्थे अज बहाल की जा रही है। जम्मू दे विच स्कूल खोल दिते गए, इंटरनेट सेवावां फिर दुबारा बहाल की गई। मैनूं इह लगदा है कि हजे भावें उत्थे शांति या कहिए नॉर्मलसी आने विच टाइम जरूर लगेगा, पर जिस तरीके नाल सरकार दे पुख्ता इंतजाम ने वो दिन दूर नहीं जद कश्मीर एक शांत सूबे की तरह उभरेगा और अतवाद उत्थों हमेशा वास्ते खत्म हो जाएगा। आर्टिकल 370 हटाने तो बाद लोगों नूं भड़काए जाने की कई कोशिशां हो रही हैं, जिहड़े अलगाववादी नेता सी कि फिलहाल उन्होंने नज़रबंद किया होया, पर जदों ही वो उन्होंने मौका लगता है वो उत्थे दे लोगों नूं भड़काने की कोशिश करते हैं। मैनूं इह लगता है कि जद इस शांति दे जिहड़े स्टैप्स चके जा रहे हैं और कश्मीर दे विच डिवेलपमेंट की केंद्र सरकार जो कोशिश कर रही है जी, वो सारे स्टैप्स जब चके जाएंगे लोगों नूं आर्टिकल 370 दे होण दा और उन्हूं हटाए जाने दा बाद दा एहसास होएगा तो लोग इस गल नूं जरूर वेलकम करांगे। अच्छा, इस दे नाल ही जदों तो 370 धारा हटाई गई है जम्मू कश्मीर दे विचों, पाकिस्तान दे वल्लों जंगबंदी की उलंघना भी की जा रही है, तो एक बार फिर जंगबंदी की उलंघना की, एक जवान उस दे विच शहीद होया भारतीय जवान, तो इस तों बाद लगातार भारत दे वल्लों जंगबंदी नूं लैके पाकिस्तान दी सरकार दे उत्ते पाकिस्तानी फौज दे उत्ते सवाल भी चुके जा रहे हैं, पर इस तों बावजूद भी पाकिस्तान दे वल्लों जंगबंदी की उलंघना की जा रही है, कारण की मानते हो? पाकिस्तान बुखलाया होया, खास करके जद केंद्र सरकार ने इन्ना वड्डा स्टैप चकिया कि 370 जिहड़ी तारा जिन्हों हटाया जाना तकरीबन नामुमकिन समझिया जांदा सीगा, पाकिस्तान नूं समझ नहीं आ रहा कि हुण उह की करे। जिहड़ी तुसीं सीज़फायर दा वायलेशन वह शुरू तो करदा आ रहा है, पाकिस्तान भारत दे विच गोले दागदा सीगा, इवन पीसफुल एरिए दे विच जिहड़े रेजिडेंशियल एरिए उत्थे भी कई बार उन्होंने गोलीबारी की, उहदा जवाब भारतीय फौज ने दिता और भारतीय फौज के जवाब दे विच पाकिस्तान नूं हमेशा मूँह दिखानी पई। और अज पाकिस्तान भावें यूनाइटेड नेशन सिक्योरिटी काउंसिल जा रहा है, भावें अमरीका नाल गल कर रहा है, भावें रशिया नाल गल कर रहा है, इत्थे तक कि अपने दोस्त चाइना नाल गल कर रहा है, हर जगह उन्होंने कोई बहुती
ਹੁੰਗਾਰੇ ਤਾਂ ਨਹੀਂ ਮਿਲ ਰਹੇ, ਹੁੰਗਾਰਾ ਤਾਂ ਖੈਰ ਦੂਰ ਦੀ ਗੱਲ ਹੈਗਾ, ਸਮਰਥਨ ਵੀ ਨਹੀਂ ਮਿਲ ਰਿਹਾ ਜੀ। ਉਹਦਾ ਕਾਰਨ ਹੈ ਕਿ ਪਾਕਿਸਤਾਨ ਇੰਟਰਨੈਸ਼ਨਲ ਪਲੇਟਫਾਰਮ 'ਤੇ ਆਈਸੋਲੇਟ ਹੋ ਚੁੱਕਿਆ, ਔਰ ਜਿਸ ਤਰ੍ਹਾਂ ਇਹ ਕੋਸ਼ਿਸ਼ਾਂ ਹੁੰਦੀ ਜਾ ਰਹੀਆਂ, ਉੱਦਾਂ ਉੱਦਾਂ ਪਾਕਿਸਤਾਨ ਆਪਣੀ ਨੀਤੀਆਂ ਔਰ ਅੱਤਵਾਦ ਨੂੰ ਬੜਾਵਾ ਦੇਣ ਦੀ ਜਿਹੜੀ ਪੋਲਿਸੀ ਹੈ ਉਹਦੇ ਕਰਕੇ ਐਕਸਪੋਜ਼ ਹੋ ਰਿਹਾ, ਔਰ ਇਹੀ ਹਾਲਤ ਹੈ ਕਿ ਕੋਈ ਵੀ ਵਿਸ਼ਵ ਦਾ ਦੇਸ਼ ਓਪਨਲੀ ਪਾਕਿਸਤਾਨ ਦੇ ਸਾਲ ਨਾਲ ਨਹੀਂ ਖੜਾ ਪਾਇਆ ਜਾਂਦਾ। ਔਰ ਭਾਰਤ 370 ਦੇ ਮੁੱਦੇ ਨੂੰ ਉਹਨਾਂ ਨੇ ਹਮੇਸ਼ਾ ਇੱਕ ਆਪਣਾ ਇੰਟਰਨਲ ਮਾਮਲਾ ਕਹਿ ਕੇ ਕਰਾਰ ਦਿੱਤਾ, ਔਰ ਇਹੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਵੀ। ਅੱਛਾ, ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੀ ਪਾਕਿਸਤਾਨ ਨੂੰ ਹਦਾਇਤ ਦਿੱਤੀ ਹੈ ਕਿ ਉਹ ਭਾਰਤ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰੇ ਅਤੇ ਮਾਮਲਾ ਜਲਦ ਤੋਂ ਜਲਦ ਸੁਲਝਾਵੇ। ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਅਤੇ ਇਮਰਾਨ ਖਾਨ ਦੀ ਮੁਲਾਕਾਤ ਨੂੰ ਲੈ ਕੇ ਵੀ ਵਿਵਾਦ ਉੱਠਿਆ, ਅਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਬਿਆਨ ਕਿ ਭਾਰਤ ਦੇ ਨਾਲ ਰਿਸ਼ਤਾ ਜਿਹੜਾ ਹੈ ਉਹ ਸੁਧਾਰੇ। ਕੀ ਲੱਗ ਰਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਕਿਸ ਤਰ੍ਹਾਂ ਦੀ ਜਿਹੜੀ ਹਰਕਤ ਕਰੇਗਾ ਇਸ ਤੋਂ ਬਾਅਦ? ਦੇਖੋ, ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਨਾਲ ਨਿਕਲ ਸਕਦਾ ਹੈ, ਪਰ ਗੱਲਬਾਤ ਦਾ ਕੋਈ ਮਾਹੌਲ ਹੋਣਾ ਚਾਹੀਦਾ ਹੈ ਜੀ। ਇੱਕ ਪਾਸੇ ਤੁਸੀਂ ਅੱਤਵਾਦ ਨੂੰ ਬੜਾਵਾ ਦਿਓ, ਦੂਜੇ ਪਾਸੇ ਗੱਲਬਾਤ ਦੀ ਪੇਸ਼ਕਸ਼ ਕਰੋ ਜੀ। ਗੱਲਬਾਤ ਔਰ ਅੱਤਵਾਦ ਇਕੱਠੇ ਨਹੀਂ ਹੋ ਸਕਦੇ। ਪਾਕਿਸਤਾਨ ਨੂੰ ਪਹਿਲੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਨੂੰ ਅੱਤਵਾਦ ਨੂੰ ਆਪਣੇ ਦੇਸ਼ 'ਚ ਔਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਆਪਣੀ ਜ਼ਮੀਨ ਤੋਂ ਰੋਕੇ, ਇੱਕ ਗੱਲਬਾਤ ਦਾ ਮਾਹੌਲ ਬਣੇ। ਮਾਹੌਲ ਬਣਨ ਤੋਂ ਬਾਅਦ ਜਿਹੜੀ ਗੱਲਬਾਤ ਹੋਏਗੀ ਉਹਦਾ ਕੋਈ ਸਿੱਟਾ ਵੀ ਨਿਕਲਦਾ ਹੈ, ਔਰ ਖਾਸ ਕਰਕੇ ਇੱਦਾਂ ਦੇ ਹਾਲਾਤ 'ਚ ਜਦ ਪਾਕਿਸਤਾਨ ਆਪਣੇ ਲੈਵਲ ਤੋਂ, ਭਾਵੇਂ ਉਹ ਰੇਲ ਯਾਤਰਾ ਹੋਏ, ਰੇਲ ਲਿੰਕ ਹੋਏ ਪਾਕਿਸਤਾਨ ਅਤੇ ਭਾਰਤ ਦਾ, ਭਾਵੇਂ ਬੱਸ ਲਿੰਕ ਹੋਣ ਜਾਂ ਕਾਰੋਬਾਰ ਹੋਣ, ਉਹਨਾਂ ਨੂੰ ਤਾਂ ਉਹਨਾਂ ਨੇ ਸਸਪੈਂਡ ਕੀਤਾ। ਹੁਣ ਗੱਲਬਾਤ ਕਿਸ ਮੁੱਦੇ 'ਤੇ ਹੋਏ? ਗੱਲਬਾਤ ਇਹਨਾਂ ਸੇਵਾਵਾਂ ਨੂੰ ਬਹਾਲ ਕਰਨ ਵਾਸਤੇ ਹੋਏ ਜਿਹਦੇ ਵਿੱਚ ਭਾਰਤ ਨੇ ਕੋਈ ਪਹਿਲ ਨਹੀਂ ਕੀਤੀ। ਉਹ ਪਹਿਲ ਪਾਕਿਸਤਾਨ ਵੱਲੋਂ ਹੋਈ ਹੈ, ਭਾਵੇਂ ਉਹ ਰੇਲ ਲਿੰਕ ਹੋਏ, ਭਾਵੇਂ ਬੱਸ ਲਿੰਕ ਹੋਏ ਜਾਂ ਕਾਰੋਬਾਰ, ਇਹਨਾਂ ਸਾਰੀਆਂ ਗੱਲਾਂ ਨੂੰ ਬਹਾਲ ਕਰਨ ਵਾਸਤੇ ਅਗਰ ਪਾਕਿਸਤਾਨ ਭਾਰਤ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਉਸ ਗੱਲਬਾਤ ਦਾ ਬੇਸ ਕੀ ਹੈ? ਕਿਉਂਕਿ ਇਹਨਾਂ ਗੱਲਾਂ ਦੇ ਉੱਤੇ ਤਾਂ ਪਾਕਿਸਤਾਨ ਨੇ ਹੀ ਸਟੈਪ ਲਿੱਤਾ। ਭਾਰਤ ਨੇ ਕਦੀ ਵੀ ਇਸ ਜਿਹੜੇ ਪੀਸ ਬਿਲਡਿੰਗ ਮੈਜਰ ਸੀਗੇ ਉਹਨਾਂ ਨੂੰ ਖਤਮ ਕਰਨ ਦੀ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਜੀ। ਬਿਲਕੁਲ। ਉਧਰ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੇਅਦਬੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਇਹਨਾਂ ਦਾਅਵਿਆਂ ਦੇ ਵਿਚਕਾਰ ਹੁਣ ਪੰਜਾਬ ਸਰਕਾਰ ਅਤੇ ਕਾਂਗਰਸ ਦੇ ਆਪਣੇ ਹੀ ਜਿਹੜੇ ਆਗੂ ਨੇ ਉਹ ਕਾਂਗਰਸ ਪਾਰਟੀ ਦੇ ਉੱਤੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਵਾਲ ਚੁੱਕ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਨਾਲ ਰਲੇ ਹੋਏ ਨੇ, ਅਤੇ ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਂਦੇ ਰਹੇ। ਹਾਲਾਂਕਿ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਸਵਾਲ ਚੁੱਕੇ ਜਾਂਦੇ ਰਹੇ, ਅਤੇ ਹੁਣ ਪ੍ਰਤਾਪ ਸਿੰਘ ਬਾਜਵਾ ਇਹ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਰਲੇ ਹੋਏ ਨੇ ਤਾਂ ਹੀ ਸਜ਼ਾਵਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ। ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ? ਕੈਪਟਨ ਸਾਹਿਬ ਔਰ ਬਾਦਲ ਰਲੇ ਹੋਏ ਨੇ, ਇਹ ਐਲੀਗੇਸ਼ਨ ਕੈਪਟਨ ਸਾਹਿਬ ਦੇ ਉੱਤੇ ਪਹਿਲੀ ਵਾਰ ਨਹੀਂ ਲੱਗਿਆ ਜੀ। 17 ਮਈ ਨੂੰ ਨਵਜੋਤ ਸਿੰਘ ਸਿੱਧੂ ਜਦ ਬਠਿੰਡੇ ਦੀ ਇਲੈਕਸ਼ਨ ਰੈਲੀ ਨੂੰ ਜਿਹੜਾ ਐਡਰੈਸ ਕਰ ਰਹੇ ਸੀਗੇ ਜੀ, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕੀਤੀ ਸੀਗੀ ਕਿ ਫਰੈਂਡਲੀ ਮੈਚ 75-25 ਉਹ ਰਲੇ ਹੋਏ। ਹਾਲਾਂਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਨਾਂ ਨਹੀਂ ਲਿਆ ਸੀਗਾ, ਪਰ ਅਗਲੇ 2 ਦਿਨਾਂ ਦੇ ਵਿੱਚ ਹੀ ਕੈਪਟਨ ਸਾਹਿਬ ਦੀ ਸਟੇਟਮੈਂਟ ਆ ਗਈ ਸੀਗੀ ਕਿ ਸਿੱਧੂ ਉਹਨਾਂ ਮੈਨੂੰ ਮੁੱਖ ਮੰਤਰੀ ਦੇ ਪਦ ਤੋਂ ਹਟਾ ਕੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਜੀ। ਉਹ ਗੱਲ ਇੰਨੀ ਕੁ ਵਧੀ ਕਿ ਸਿੱਧੂ ਉਹਨਾਂ ਨੂੰ ਆਪਣਾ ਮੰਤਰੀ ਪਦ ਵੀ ਗਵਾਉਣਾ ਪਿਆ, ਉਹਨਾਂ ਦਾ ਪੋਰਟਫੋਲੀਓ ਚੇਂਜ ਕੀਤਾ ਗਿਆ, ਉਹਨਾਂ ਨੇ ਪਾਵਰ ਮਿਨਿਸਟਰ ਐਜ਼ ਏ ਪਾਵਰ ਮਿਨਿਸਟਰ ਜੁਆਇਨ ਨਹੀਂ ਕੀਤਾ, ਅਤੇ ਅੱਜ ਉਹ ਸਿਰਫ ਇੱਕ MLA ਬਣ ਕੇ ਰਹਿ ਗਏ ਨੇ। ਹੁਣ ਬਾਜਵਾ ਸਾਹਿਬ ਦਾ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਤੁਹਾਨੂੰ ਪਤਾ ਹੈ ਕਿ 36 ਦਾ ਅੰਕੜਾ ਹੈ। ਬਿਲਕੁਲ। ਇਹੀ ਬਾਜਵਾ ਸਾਹਿਬ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਜਿਨ੍ਹਾਂ ਨੂੰ ਜ਼ਬਰਦਸਤੀ ਲਾ ਕੇ, ਔਰ ਮੈਂ ਕਹਾਂਗਾ ਕਿ ਰਾਹੁਲ ਗਾਂਧੀ ਦੀ ਬਾਂਹ ਮਰੋੜ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ PPCC ਦੇ ਪ੍ਰਧਾਨ ਬਣੇ ਸੀਗੇ, ਔਰ ਅੱਜ ਮੁੱਖ ਮੰਤਰੀ ਵੀ ਹੈਗੇ ਨੇ। ਉਹੀ ਬਾਜਵਾ ਸਾਹਿਬ ਆਪਣੀ ਪੁਰਾਣੀ ਖੁੰਦਕ ਕੱਢਣ ਵਾਸਤੇ ਇਹੀ ਐਲੀਗੇਸ਼ਨ, ਜੋ ਕਿ ਕਾਂਗਰਸ ਦੇ 40 MLA ਨੇ ਵੀ, ਤੁਹਾਨੂੰ ਯਾਦ ਹੋਏਗਾ ਜਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ, ਉਸ ਰਿਪੋਰਟ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਵਾਸਤੇ ਸਾਰੀ ਪ੍ਰੋਬ CBI ਨੂੰ ਦਿੱਤੀ ਗਈ ਸੀ, ਔਰ 40 MLA ਨੇ ਇਹਦਾ ਜਦ ਵਿਰੋਧ ਕੀਤਾ, 40 ਕਾਂਗਰਸ ਦੇ MLA ਨੇ, ਅਤੇ ਕੈਪਟਨ ਅਮਰਿੰਦਰ ਸਿੰਘ ਨੂੰ CBI ਤੋਂ ਪ੍ਰੋਬ ਵਾਪਸ ਲੈਣੀ ਪਈ ਸੀ। ਅੱਜ ਬਾਜਵਾ ਸਾਹਿਬ ਨੇ ਉਹ ਲੈਟਰ ਲਿਖ ਕੇ ਉਸ ਹੀ ਇਲਜ਼ਾਮ ਨੂੰ ਦੁਹਰਾਇਆ ਕਿ ਕੈਪਟਨ ਸਾਹਿਬ ਔਰ ਬਾਦਲ ਸਾਹਿਬ ਰਲੇ ਹੋਏ ਨੇ। ਹੁਣ ਕੈਪਟਨ ਸਾਹਿਬ ਔਰ ਬਾਦਲ ਸਾਹਿਬ ਰਲੇ ਹੈਗੇ ਹੈ ਜਾਂ ਨਹੀਂ ਰਲੇ ਹੈਗੇ ਹੈ, ਪਰ ਸਰਕਮਸਟਾਂਸ਼ੀਅਲ ਐਵੀਡੈਂਸਿਸ ਉਸ ਗੱਲ ਦੀ ਤਰਫ ਇੰਡੀਕੇਟ ਕਰਦੇ ਨੇ ਕਿ ਸ਼ਾਇਦ ਕੁਛ ਨਾ ਕੁਛ ਤਾਂ ਮਿਲੀ ਭੁਗਤ ਹੈਗੀ ਹੈ, ਜਿਹਦੇ ਕਰਕੇ SIT ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣ ਦੇ ਬਾਵਜੂਦ ਵੀ ਅੱਜ ਤੱਕ ਬਾਦਲਾਂ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਹੋਇਆ ਜੀ। ਇਸ ਦੇ ਨਾਲ ਹੀ ਬਾਜਵਾ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਵਿਧਾਇਕ HS ਫੂਲਕਾ ਨੇ ਅਸਤੀਫਾ ਦਿੱਤਾ ਹੈ, ਉਸੇ ਰਾਹ ਦੇ ਉੱਤੇ ਕਾਂਗਰਸੀ ਵਿਧਾਇਕ ਵੀ ਜਾਣ ਅਤੇ ਕਾਰਵਾਈ ਨਾ ਹੋਣ ਨੂੰ ਲੈ ਕੇ ਅਸਤੀਫੇ ਦੇਣ, ਇਹ ਕਿਹਾ, ਅਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ ਬਾਜਵਾ ਨੂੰ।
जस्टिस रणजीत सिंह कमीशन की रिपोर्ट आई थी, उस तो बाद सरकार दे हाथ पक्के सीगे जे वाकई वह बादलों के खिलाफ कोई एक्शन लेना चाहते तो घट तो घट एक एफ आई आर तो दर्ज हो ही सकती थी। यही गल नवजोत सिंह सिद्धू उन्होंने ने बठिंडे की एक रैली दे विच कही सी, जिदा खमियाजा असी हुने हुने कह के हटे हैं कि उन्होंने अपना मंत्री पद गवाना पिया। हुण बाजवा साहब को गवाण वास्ते तो कुछ नहीं है, राज्यसभा एम पी है और कैप्टन साहब जो कुछ उन्होंने कोल सीगा एज ए पंजाब के पी पी सी प्रधान के नाते वो पहले ही छिन चुके ने जी। मैनू ए लगता है कि एलीगेशन पंजाब का कोई मंत्री या कोई होर लाए तो उन्होंने जरूर खमियाजा भुगतना पैंदा। पिछे एक डिनर होया सीगा जी, कैप्टन साहब ने किया असैम्बली सैशन तो पहले, उत्थे भी तकरीबन कैप्टन साहब के खासो खास मंत्री उन्होंने भी इस गल के उत्ते चिंता व्यक्त की थी कि जिस तरीके आवाम के इंडीकेशन जा रहा है कि असी बादलों के खिलाफ एक सॉफ्ट नीति अपनाई हुई है तो इस गल ने कैप्टन साहब की चिंता जरूर वधाई सी। हुण बाजवा साहब ने एक लैटर लिख के सेम एलीगेशन लाया, इस एलीगेशन का अखबारों की सुरखियां बनना और सुरखियां बनन तो बाद कैप्टन साहब का ट्वीट के राही इस गल का जवाब देना वो अपने आप ही इंडीकेट करता है कि इदा के एलीगेशन जद लगते हैं तो मुख्यमंत्री कैप्टन अमरिंदर सिंह उन्होंने भी यह गल परेशान तो कर दी जी। बिल्कुल, भारत की अर्थव्यवस्था को लैके कहा जाता है कि भारत की अर्थव्यवस्था फिलहाल मध्यम चल रही है, पर इसके बावजूद भारत इस साल त्यौहारी सीजन के एडवरटाइजमेंट के उत्ते 2800 करोड़ रुपए खर्चन जा रहा है तो दावा भी किया जा रहा है कि ये 2800 करोड़ रुपए एडवरटाइजमेंट तो प्रमोशन के लिए खर्चे जाएंगे। एक पासे अर्थव्यवस्था कमजोर हैगी है तो दूजे पासे 2800 करोड़ रुपए खर्चना वह भी एडवरटाइजमेंट के लिए। कमजोर अर्थव्यवस्था की होंदी है जब लोकी खर्चा करन तो गुरेज करन जी। भारत दे विच फेस्टिवल सीजन है अक्टूबर नवंबर इदां दा टाइम होंदा जब मनिया जाता है कि भावें वह शादियां दा सीजन होए या फेस्टिवल सीजन, इन्हां दिनां दे विच लोकी पैसा खर्चदे ने जी। पिछे तुसीं अखबारां दे विच रिपोर्ट पढ़ी होएगी कि भावें ऑटोमोबाइल इंडस्ट्री होए वह डिकलाइन गई है, यानी पिछले साल के मुकाबले काफ़ी ज़्यादा स्लो चल रही है। हुण एडवरटाइजर्स ने जिहड़ा डिसीजन लिता है कि सानू गाहक नूं लुभाउण वास्ते एडवरटीजमेंट का बजट वधाना पएगा, यह अपने आप च ही एक बड़ी चंगी गल हैगी है। कारण कि जब मंदी छाई होए और उस टाइम लोकी या सरकार एक्सपेंडिचर अपना वधा देन तो उहदे विच मार्केट दे विच पैसा आन नाल उस इकोनमी जो कि स्लो इकोनमी जिहनूं आपां कह रहे हैं उहदे विच ग्रोथ जरूर आती है। और इदां दे हालात विच मार्केट दे विच एडवरटाइजर्स का एडवरटाइज़ करना और मार्केट दे विच गाहकां नूं लुभाना और वह भी फेस्टिवल सीजन दे विच एक वेलकम साइन है और उम्मीद करते हैं कि इहदे नाल साडी जिहड़ी इकोनमी स्लो चल रही है उहदे विच ग्रोथ आएगी ही आएगी जी। बिल्कुल, उधर सुप्रीम कोर्ट के फैसले ने पावरकॉम दियां फिकरां वधाईयां होईयां ने। सुप्रीम कोर्ट ने हदायत दित्ती है कि पावरकॉम निजी थर्मल प्लांटां नूं 2800 करोड़ रुपए देवे। ये 2800 करोड़ रुपए इसलिए देण दी हदायत की गई है क्योंकि कोले की धवाई नूं लैके पावरकॉम ते निजी थर्मल प्लांटां दे विच विवाद चल रहा है, जिस तों बाद सुप्रीम कोर्ट ने कहा कि हर साल 2800 करोड़ रुपए दे के इस दी भरपाई की जाए। फिलहाल पावरकॉम नूं ये नहीं पता लग रहा कि यह 2800 करोड़ रुपए लियांदे कित्थों जाण। यह जो 2800 करोड़ कोर्ट ने देन का एक एक तरीके पावरकॉम आदेश देता है, यह तो है एक जेन्यून अमाउंट जी, यानी कोले की ढुआई के पैसे एज पर एग्रीमेंट सरकार नू प्राइवेट प्लांट्स नू देने चाहिए ने, पर पिछली सरकार प्राइवेट पावर प्लांट्स नू इन्ने कु पैसे फ्री च ही दे रही थी। यही सुनील जाखड़ होना सके जब पी पी सी सी के प्रधान होंगे सके और उन्होंने दिनों के इलैक्शन तो पहले उन्होंने जलंधर आके ही प्रेस कॉन्फ्रेंस करते थे कि जदों कांग्रेस की सरकार बनी तो सब तो पहले असी पावर परचेज एग्रीमेंट जिहड़े प्राइवेट प्लांट्स के नाल हैगे उन्होंने रिव्यू करांगे और ये करोड़ों रुपए के घोटाले है, खास करके सुखबीर बादल उन्होंने और पावर प्लांट्स के ओनर है, उन्होंने रिश्ते करके 3000 करोड़ रुपए तो राजपुरा पावर प्लांट नूं ही पिछली सरकार ने एक तरीके नाल फ्री दे विच दित्ते। और इत्थे तक कि जब एक प्राइवेट पावर प्लांट का इनोग्रेशन हो रहा सीगा तो उत्थे सुखबीर बादल उन्होंने स्टेज तो कहिंदे होए सुनिया गया सीगा कि जे तुसीं इस प्लांट नूं टाइम ते ला लोगे तो 25 पैसे यूनिट तुहानूं वध दित्ता जाएगा जी। जद कि यह एक वायोलेशन हैगा किसी भी एग्रीमेंट का, पावर परचेज एग्रीमेंट एक गौरमेंट का डॉक्यूमेंट हैगा, उस डॉक्यूमेंट नूं उस एग्रीमेंट नूं रिव्यू करन दी भी ताकत सरकार कोल हुंदी है, पर 2.5 साल हो गए कांग्रेस की सरकार आए, 2.5 सालों दे विच उस पावर परचेज एग्रीमेंट नूं हाथ तक नहीं लाया गया। ये पिछे तुसी की कह सकते हो और हुण 2800 करोड़ रुपए जब
ਪ੍ਰਾਈਵੇਟ ਪਾਵਰ ਪਲਾਂਟਸ ਨੂੰ ਦੇਣ ਦੀ ਗੱਲ ਆਈ ਹੈ ਜੋ ਕਿ ਇੱਕ ਜੈਨੂਇਨ ਗੱਲ ਹੈਗੀ ਹੈ। ਉਸ ਤੋਂ ਪਹਿਲੇ ਆਪਾਂ 3,000 ਕਰੋੜ ਰਾਜਪੁਰਾ ਪਾਵਰ ਪਲਾਂਟ ਨੂੰ ਜਿਸ ਤਰ੍ਹਾਂ ਮੈਂ ਪਹਿਲੇ ਗਿਆ ਅਸੀਂ ਫ੍ਰੀ 'ਚ ਹੀ ਦੇ ਚੁੱਕੇ ਹਾਂ ਔਰ ਉਹਨਾਂ ਦੇ ਪਾਵਰ ਪਰਚੇਜ਼ ਐਗਰੀਮੈਂਟ ਜਿਹਦੇ ਵਿੱਚ ਸਰਕਾਰ ਦੇ ਪੱਲੇ ਕੁਛ ਨਹੀਂ ਪੈ ਰਿਹਾ, ਯਾਨੀ ਅਗਰ ਪਾਵਰ ਪਲਾਂਟਸ ਦੇ ਵਿੱਚ ਕੋਈ ਬਿਜਲੀ ਨਾ ਵੀ ਬਣਾਏ ਤਾਂ ਵੀ ਸਰਕਾਰ ਨੂੰ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨੇ। ਮੈਨੂੰ ਇਹ ਲੱਗਦਾ ਕਿ ਇਹਨਾਂ ਐਗਰੀਮੈਂਟਸ ਦਾ ਰਿਵਿਊ ਕਰਨਾ ਸਰਕਾਰ ਵਾਸਤੇ ਹੁਣ ਹੋਰ ਜ਼ਿਆਦਾ ਲਾਜ਼ਮੀ ਹੋ ਗਿਆ। ਜੀ ਬਿਲਕੁਲ ਰਾਜੀਵ ਭਾਸਕਰ ਜੀ, ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸਟੂਡੀਓ ਦੇ ਵਿੱਚ ਆਏ ਅਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੀਆਂ ਜਾਣਕਾਰੀ ਭਰਪੂਰ ਗੱਲਾਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਦਰਸ਼ਕਾਂ ਤੋਂ ਆਗਿਆ ਚਾਹੁੰਦੇ ਹਾਂ, ਧੰਨਵਾਦ।